ਵੈਲਕਮ ਟੂ ਡੀਜੀਐਮ ਐਜੂਕੇਸ਼ਨ ਚੈਨਲ ਇਸ ਵੀਡੀਓ ਵਿੱਚ ਅਸੀਂ ਇੰਪੋਰਟੈਂਟ ਕਰੰਟ ਅਫੇਅਰਸ ਕਰ ਰਹੇ ਹਾਂਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਦੀਆਂ ਵੀਡੀਓਜ਼ ਤਰ੍ਹਾਂ ਕਰੰਟ ਅਫੇਅਰ ਕਰ ਰਹੇ ਹਾਂ ਰੈਗੂਲਰ ਉਸੇ ਨੂੰ ਕੰਟੀਨਿਊ ਰੱਖਦੇ ਹੋਏ ਕੁਝ ਹੋਰ ਇੰਪੋਰਟੈਂਟ ਕਰੰਟ ਅਫੇਅਰ ਕਰ ਰਹੇ ਹਾਂ ਸੀ ਤਾਂ ਜੋ ਵੀ ਕੈਂਡੀਡੇਟਸ ਨੇ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਜਲਦੀ ਮਿਲਦੀਆਂ ਰਹਿਣ ਉਹਨਾਂ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਤਾਂ ਇਸ ਚੈਨਲ ਤੇ ਤੁਹਾਨੂੰ ਜੀਜੀਡੀ ਸਕਰੀਨਿੰਗ ਟੈਸਟ ਮਾਸਟਰ ਕੇਡਰ ਪੰਜਾਬ ਪਟਵਾਰੀ ਪੰਜਾਬ ਪੁਲਸ ਸਬ ਇੰਸਪੈਕਟਰ ਤੇ ਵਾਰਡ ਟੈਨੈਂਟ ਦਾ ਫੁੱਲ ਸਿਲੇਬਸ ਪ੍ਰੋਵਾਈਡ ਕੀਤਾ ਜਾਏਗਾ ਸੋ 1 ਬਾਈ 1 ਟਾਪਿਕ ਤੁਹਾਨੂੰ ਪ੍ਰੋਵਾਈਡ ਕੀਤਾ ਜਾਏਗਾ ਸੋ ਅਸੀਂ ਸ਼ੁਰੂ ਕਰ ਰਹੇ ਹਾਂਗੇ ਫਸਟ ਕੁਐਸਚਨ ਸਾਡਾ ਅੱਜ ਦਾ ਰੀਸੈਂਟਲੀ ਵਿਚ ਕੰਟਰੀ ਹੈਜ਼ ਬੀਨ ਡਿਕਲੇਅਰਡ ਐਜ਼ ਪੋਲੀਓ ਫਰੀ ਬਾਈ WHO WHO ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਕਿਸ ਕੰਟਰੀ ਨੂੰ ਰਿਸੈਂਟਲੀ ਪੋਲੀਓ ਫ੍ਰੀ ਡਿਕਲੇਅਰ ਕੀਤਾ ਗਿਆ ਹੈ ਤਾਂ ਪੋਲੀਓ ਦੇ ਜੋ ਸਾਡੇ ਕੋਲੇ ਮਤਲਬ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਮੋਸਟਲੀ ਸੰਡੇ ਨੂੰ ਜੋ ਟੀਕੇ ਲਗਾਏ ਜਾਂਦੇ ਛੋਟੇ ਬੱਚਿਆਂ ਨੂੰ ਤਾਂ ਇਹ 5 ਸਾਲ ਦੀ ਏਜ ਤੱਕ ਹੈ ਜੋ ਪੋਲੀਓ ਇਫੈਕਟ ਕਰਦਾ ਤਾਂ ਰਿਸੈਂਟਲੀ WHO ਵੱਲੋਂ ਅਫਰੀਕਾ ਕੰਟਰੀ ਨੂੰ ਅਫਰੀਕਾ ਦੇਸ਼ ਨੂੰ ਪੋਲੀਓ ਫ੍ਰੀ ਡਿਕਲੇਅਰ ਕੀਤਾ ਗਿਆ ਕਿਉਂਕਿ ਲਾਸਟ 4 ਸਾਲਾਂ ਦੇ ਵਿੱਚ ਉੱਥੇ ਕੋਈ ਕੇਸ ਨਹੀਂ ਆਇਆ ਤਾਂ ਇਹ ਵਲਡ ਪੋਲੀਓ ਫ੍ਰੀ ਕੀਤਾ ਗਿਆ ਡਿਕਲੇਅਰ ਤੇ ਸਾਡੇ ਲਗਭਗ ਇਸ ਪਲੈਨਟ ਤੇ ਧਰਤੀ ਤੇ ਬਹੁਤ ਹੀ ਘੱਟ ਦੇਸ਼ ਨੇ ਇਸ ਟਾਈਮ ਜੋ ਪੋਲੀਓ ਤੋਂ ਅਫੈਕਟਡ ਨੇ ਜਿਨ੍ਹਾਂ ਦੇ ਵਿੱਚ ਪਾਕਿਸਤਾਨ ਤੇ ਅਫਗਾਨਿਸਤਾਨ ਜ਼ਰੂਰ ਹਨ ਇਹ ਅਫੈਕਟਡ ਨੇ ਫਿਲਹਾਲ ਬਾਕੀ ਲਗਭਗ 90% ਕੰਟਰੀਜ਼ ਆ ਜਿਹੜੇ ਉਹ ਪੋਲੀਓ ਫ੍ਰੀ ਹੋ ਚੁੱਕੇ ਨੇ ਜੀ ਤਾਂ WHO ਵਰਲਡ ਹੈਲਥ ਆਰਗੇਨਾਈਜੇਸ਼ਨ ਆ ਜਿਹੜੀ ਕਿ ਸਾਡੇ ਕੋਲੇ ਵਰਲਡ ਲੈਵਲ ਤੇ ਹੈਲਥ ਰਿਲੇਟਡ ਬਈਆਂ ਇਸ਼ੂਜ਼ ਹੁੰਦੇ ਆ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਨੂੰ ਸੋਲਵ ਕਰਨ ਦੇ ਵਿੱਚ ਲੱਗੀ ਹੋਈ ਹੈ ਜੀ ਹਾਂਜੀ ਨੈਕਸਟ ਹੈ ਸਾਡੇ ਕੋਲੇ ਜੀ जेम्स एंडरसन हु हैज बिकम द फास्ट फास्ट बॉलर टू टेक 600 विकेट्स इन टेस्ट मैच क्रिकेट प्ले फॉर व्हिच नेशन ता जो जेम्स एंडरसन है एहे पहला फास्ट बॉलर बन चुका है जो टेस्ट मैच ਦੇ ਵਿੱਚ 600 ਵਿਕਟਾਂ ਲੈ ਚੁੱਕਿਆ ਹੈ ਤਾਂ ਇਹ ਕਿਹੜੀ ਕੰਟਰੀ ਨੂੰ ਕਿਹੜੇ ਨੇਸ਼ਨ ਨੂੰ ਬਿਲੋਂਗ ਕਰਦਾ ਹੈ ਜੀ ਇਹ ਬਿਲੋਂਗ ਕਰਦਾ ਹੈ ਇੰਗਲੈਂਡ ਨੂੰ ਡੀ ਆਪਸ਼ਨ ਇਹਦਾ கரੈਕਟ ਆਪਸ਼ਨ ਹੈ ਨੈਕਸਟ ਆ ਜੀ ਸਾਡੇ ਕੋਲੇ ਵਿੱਚ ਮਿਨਿਸਟਰੀ ਵਰਡ ਓਪਨ ਐ ਮੈਂਟਲ ਹੈਲਥ ਰੀਹੈਬਿਲੀਟੇਸ਼ਨ ਹੈਲਥ ਲਾਈਨ ਤਾਂ ਕਿਹੜੀ ਮਿਨਿਸਟਰੀ ਨੇ ਮੈਂਟਲ ਹੈਲਥ ਰੀਹੈਬਿਲੀਟੇਸ਼ਨ ਹੈਲਥ ਲਾਈਨ ਓਪਨ ਕੀਤੀ ਹੈ ਜੀ ਇਸ ਦਾ ਕਾਰਨ ਕਰੋਨਾ ਨੂੰ ਚੱਲਦੇ ਹੋਏ ਬਹੁਤ ਸਾਰੇ ਫੈਮਿਲੀ ਦੇ ਵਿੱਚ ਡੋਮੈਸਟਿਕ ਜਿਹੜੇ ਡਿਸਪਿਊਟ ਹੋ ਰਹੇ ਨੇ ਵਾਈਫ ਐਂਡ ਹਸਬੈਂਡ ਦੇ ਵਿੱਚ ਹੋ ਰਹੇ ਨੇ ਜਾਂ ਪੂਰੀ ਫੈਮਿਲੀ ਦੇ ਵਿੱਚ ਕਿਸੇ ਨਾਲ ਵੀ ਹੋ ਰਹੇ ਨੇ ਕਾਰਨ ਵੀ ਬਹੁਤ ਸਾਰੇ ਜਿਹੜੇ ਐਡ ਪ੍ਰੈਜ਼ੈਂਟ ਲੁਕ ਆਊ ਕਾਰੇ ਜਿਸ ਤਰ੍ਹਾਂ ਲਾਕਡਾਊਨ ਲੱਗਿਆ ਹੋਇਆ ਸੀਗਾ ਫੁੱਲੀ ਲਾਕਡਾਊਨ ਸੀ ਜਦੋਂ ਤਾਲੁਕ ਘਾਰੇ ਸੀਗੇ ਤੇ ਥੋੜਾ ਜਆ ਉਹਨਾਂ ਦੇ ਡਿਪਰੈਸ਼ਨ ਜਾਂ ਕੋਈ ਵੀ ਕਾਰਨ ਫਾਈਨੈਂਸ਼ੀਅਲ ਡਿਫਰੈਂਸ਼ੀਅਲ ਹੋ ਸਕਦਾ ਉਹਦੇ ਕਾਰਨ ਮੈਂਟਲ ਪ੍ਰੋਬਲਮ ਹੋਈ ਤਾਂ ਇੱਕ ਫਿਰ ਜੋ ਸਾਡੇ ਕੋਲੇ ਮਿਨਿਸਟਰੀ ਹੈ ਸਾਡੀ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਨੇ ਇੱਕ ਮੈਂਟਲ ਹੈਲਥ ਲਾਈਨ ਜੋ ਨੰਬਰ ਓਪਨ ਦਿੱਤਾ ਸੀਗਾ ਤਾਂ ਕਿ ਉਹਦੇ ਉਤੇ ਉਹ ਉਹਨਾਂ ਦੀਆਂ ਪ੍ਰੋਬਲਮ ਨੂੰ ਸੋਲਵ ਕਰ ਸਕੇ ਤਾਂ ਸੈਕੰਡ ਆਪਸ਼ਨ ਇਹਦਾ ਕਰੈਕਟ ਆਪਸ਼ਨ ਨੈਕਸਟ ਆਈ ਸਾਡੇ ਕੋਲੇ ਵੂਮਨ ਆਫ ਵਿਚ ਸਟੇਟ ਹੈਵ ਟਾਪ ਦਾ ਲਿਸਟ ਆਫ ਮੁੰਦਰਾ ਲੋਨ ਸਕੀਮ ਬੈਨੀਫਿਸ਼ਰੀ ਤਾਂ ਮੁੰਦਰਾ ਲੋਨ ਸੈਂਟਰ ਗਵਰਨਮੈਂਟ ਵੱਲੋਂ ਇੱਕ ਸਕੀਮ ਲਾਂਚ ਕੀਤੀ ਗਈ ਸੀ ਪਿੱਛੇ ਕਾਫੀ ਟਾਈਮ ਹੋਇਆ ਤਾਂ ਇਸ ਸਕੀਮ ਦੇ ਅੰਡਰ ਲੋਨ ਪ੍ਰੋਵਾਈਡ ਕੀਤਾ ਜਾਂਦਾ ਸੀ ਵੀ ਜੋ ਵੀ ਵੂਮਨ ਆ ਮੋਸਟਲੀ ਜੋ ਜਾਂ ਜੋ ਸਾਡੇ ਕੋਲ ਐਸ ਸੀ ਜਾਂ ਐਸ ਟੀ ਕੈਟਾਗਰੀ ਨੂੰ ਬਿਲੋਂਗ ਕਰਦੇ ਸੀਗੇ ਜੋ ਪੂਅਰ ਫੈਮਿਲੀ ਨੂੰ ਬਿਲੋਂਗ ਕਰਦੇ ਸੀ ਕਹਿਣ ਦਾ ਭਾਵ ਤਾਂ ਉਹਨਾਂ ਨੂੰ ਮੁੰਦਰਾ ਸਕੀਮ ਦੇ ਤਹਿਤ ਲੋਨ ਦਿੱਤਾ ਜਾਂਦਾ ਸੀ ਤਾਂ ਕਿ ਉਹ ਆਪਣਾ ਕੋਈ ਬਿਜ਼ਨਸ ਜੇ ਕਰਨਾ ਚਾਹੁਣ ਤਉ ਕਰ ਸਕਦੇ ਆ ਜੀ ਤਾਂ ਇਹ ਟੌਪ ਕੀਤਾ ਜੀ ਸਾਡੇ ਕੋਲੇ ਤਾਮਿਲਨਾਡੂ ਸਟੇਟ ਦੀਆਂ ਬੰਮਨ ਨੇ ਮਤਲਬ ਤਾਮਿਲਨਾਡੂ ਸਟੇਟ ਦੇ ਵਿੱਚ ਲਗਭਗ 58000 ਕਰੋੜ ਰੁਪਏ ਦਾ ਲੋਨ ਪ੍ਰੋਵਾਈਡ ਕੀਤਾ ਜਾ ਚੁੱਕਿਆ ਹੈ ਮੰਦਰਾ ਲੋਨ ਸਕੀਮ ਦੇ ਤਹਿਤ ਸੈਕੰਡ ਜੋ ਰੈਂਕਿੰਗ ਹੈ ਜੀ ਉਹ ਸਾਡੇ ਕੋਲੇ ਬੈਸਟ ਬੰਗਾਲ ਦੀ ਐਂਡ ਥਰਡ ਰੈਂਕਿੰਗ ਇਜ਼ ਔਨ ਸਾਡੇ ਕੋਲੇ ਆ ਜੀ ਮਹਾਰਾਸ਼ਟਰ ਕਰਨਾਟਕਾ ਦੀ ਜੀ ਕਰਨਾਟਕਾ ਦੀ ਤਾਂ ਪਹਿਲਾ ਆਪਸ਼ਨ ਸਾਡੇ ਕੋਲੇ ਆਪਸ਼ਨ ਕੀ ਹੈ ਤਾਂ ਮਨ ਲਾਡੂ ਸਭ ਤੋਂ ਟਾਪ ਤੇ ਰਿਹਾ ਹੈ ਸੈਕੰਡ ਰੈਂਕ ਦੀ ਗੱਲ ਕਰੀਏ ਤਾਂ ਵੈਸਟ ਬੰਗਾਲ ਥਰਡ ਰੈਂਕ ਦੀ ਗੱਲ ਕਰੀਏ ਤਾਂ ਕਰਨਾਟਕਾ ਸਟੇਟ ਹੈ ਤਾਂ ਮੰਦਰਾ ਸਕੀਮ ਦੇ ਤਹਿਤ ਲੋਨ ਪ੍ਰੋਵਾਈਡ ਕੀਤਾ ਜਾਂਦਾ ਹੈ ਜੀ ਨੈਕਸਟ ਹੈ ਸਾਡੇ ਕੋਲੇ ਜੀ ਐਟ ਵਿਚ ਆਫ ðiਸ ਰੇਲਵੇ ਸਟੇਸ਼ਨ ਇੰਡੀਅਨ ਰੇਲਵੇ ਹੈਜ਼ ਇੰਸਟਾਲਡ ਇਟਸ ਫਰਸਟ ਏਵਰ ਬੈਗੇਜ ਸੈਨੀਟਾਈਜੇਸ਼ਨ ਐਂਡ ਰੈਪਿੰਗ ਮਸ਼ੀਨ ਤਾਂ ਇਹ ਕਿੱਥੇ ਲਾਇਆ ਗਿਆ ਜੀ ਰੇਲਵੇ ਨੇ ਕਿ ਕਿਹੜੇ ਰੇਲਵੇ ਸਟੇਸ਼ਨ ਤੇ ਜੋ ਬੈਗੇਜ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈਗਾ ਮਸ਼ੀਨਾਂ ਰਾਹੀਂ ਤਉ ਕਿੱਥੇ ਕੀਤਾ ਗਿਆ ਹੈ ਜੀ ਐਨਦਾਬਾਦ ਦੇ ਵਿੱਚ ਤਾਂ ਫਰਸਟ ਆਪਸ਼ਨ ਇਹਦਾ கரੈਕਟ ਆਪਸ਼ਨ ਹੈ ਜੀ ਤਾਂ ਨੈਕਸਟ ਹੈ ਜੀ ਵਾਟ ਆਰ ਦਾ ਡੇਟਸ ਆਫ ਵਰਲਡ ਵਾਟਰ ਵੀਕ 2020 ਤਾਂ ਵਰਲਡ ਵਾਟਰ ਵੀਕ ਹਫਤਾ ਬਣਾਇਆ ਜਾਂਦਾ ਹੈ ਵਾਟਰ ਦੇ ਮਤਲਬ ਵਾਟਰ ਸੇਵ ਦੇ ਲਈ ਜਾਨ ਨੂੰ ਸਿਕਯਰ ਰੱਖਿਆ ਜਾਵੇ ਤਾਂ ਉਹ ਹੈ ਜੀ ਸਾਡੇ ਕੋਲੇ ਅਗਸਤ 24 ਤੋਂ 28 ਤੱਕ ਆਪਸ਼ਨ ਬੀ ਦਾ கரੈਕਟ ਆਪਸ਼ਨ ਹੈ ਜੀ ਨੈਕਸਟ ਹੈ ਸਾਡੇ ਕੋਲੇ ਜੀ ਈ ਆਪਸ਼ਨ ਪੋਰਟਲ ਰੋਲ ਆਊਟ ਫਾਰ ਵਿਚ ਆਫ ਦਾ ਫੋਲਿੰਗ ਜੀ ਆਈ ਟੈਗ ਪ੍ਰੋਡਕਟ ਤਾਂ ਇੱਕ ਪੋਰਟਲ ਲਾਂਚ ਕੀਤਾ ਗਿਆ ਈ ਆਪਸ਼ਨ ਦੇ ਲਈ ਤਾਂ ਉਹ ਕਿਸ ਪ੍ਰੋਡਕਟ ਦੇ ਲਈ ਕੀਤਾ ਗਿਆ ਕਿਹੜੇ ਜੀ ਆਈ ਟੈਗ ਦੇ ਲਈ ਮਤਲਬ ਕੀਤਾ ਗਿਆ ਉਹ ਕੀਤਾ ਗਿਆ ਜੀ ਕਸ਼ਮੀਰ ਸੈਫਰੋਂ ਦੇ ਲਈ ਤਾਂ ਥਰਡ ਆਪਸ਼ਨ ਇਜ਼ ਦਾ ਕਰੈਕਟ ਆਪਸ਼ਨ ਹੈ ਇਹ ਨੈਕਸਟ ਹੈ ਸਾਡੇ ਕੋਲੇ ਪਾਸਕਲ ਲਿਸੋਬਾ ਹੂ ਪਾਸ ਅਵੇ ਰੀਸੈਂਟਲੀ ਜਿਨ੍ਹਾਂ ਦੀ ਹੁਣੇ-ਹੁਣੇ ਡੈਥ ਹੋਈ ਹੈ ਵਾਜ ਦਾ ਅਸਟਵਾਈਲ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ ਤਾਂ ਕਿਸ ਕੰਟਰੀ ਦੇ ਪ੍ਰੈਜ਼ੀਡੈਂਟ ਸੀਗੇ ਜੀ ਉਹ ਸੀਗੇ ਰਿਪਬਲਿਕ ਆਫ ਕਾਂਗੋ ਤਾਂ ਰਿਪਬਲਿਕ ਆਫ ਕਾਂਗੋ ਦੇ ਪ੍ਰੈਜ਼ੀਡੈਂਟ ਸੀਗੇ ਜੀ ਪਾਸਕਲ ਉਹਨਾਂ ਦੀ ਹੁਣੇ ਉਹਨੇ ਡੈਥ ਹੋ ਚੁੱਕੀ ਹੈ ਤਾਂ ਨੈਕਸਟ ਹੈ ਸਾਡੇ ਕੋਲੇ ਵਿਚ ਸਟੇਟ ਹੈਜ਼ ਸਟੂਡ ਫਸਟ ਇਨ ਦਾ 2020 ਐਕਸਪੋਰਟ ਪ੍ਰੀਪੇਅਰਡਨੈਸ ਇੰਡੈਕਸ ਤਾਂ ਜੋ EPI ਇੰਡੈਕਸ ਹੈ ਸਾਡਾ ਉਹਦੇ ਵਿੱਚ ਕਿਸ ਸਟੇਟ ਦਾ ਜੋ ਰੈਂਕਿੰਗ ਹੈ ਪਹਿਲਾ ਰੈਂਕ ਆਇਆਗਾ ਤਾਂ ਉਹ ਸਾਡੇ ਕੋਲੇ ਆਇਆ ਜੀ ਗੁਜਰਾਤ ਦਾ ਕੁਝ ਗੁਜਰਾਤ ਹੈ ਜੋ ਸਾਡੇ ਕੋਲੇ ਪਹਿਲੇ ਰੈਂਕ ਦੇ ਵਿੱਚ ਆਇਆ ਐਕਸਪੋਰਟ ਦੇ ਵਿੱਚ ਕਿਉਂਕਿ ਗੁਜਰਾਤ ਦੇ ਵਿੱਚ ਕੁਝ ਇੰਡਸਟਰੀਜ਼ ਇਸ ਤਰ੍ਹਾਂ ਦੀ ਕ੍ਰੀਏਟ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਵੀ ਤੇ ਉੱਥੇ ਪਹਿਲਾਂ ਹੀ ਥੋੜਾ ਜਿਹਾ ਇੰਡਸਟਰੀਅਲ ਬਣਾਇਆ ਹੋਇਆ ਸਿਸਟਮ ਤਾਂ ਇਸ ਕਾਰਨ ਗੁਜਰਾਤ ਐਕਸਪੋਰਟ ਦੇ ਵਿੱਚ ਫਰਸਟ ਰੈਂਕ ਹੈ ਜੀ ਤਾਂ ਨੈਕਸਟ ਹੈ ਸਾਡੇ ਕੋਲੇ ਹੂ ਹੈਜ਼ ਬੀਨ ਅਪੋਇੰਟਡ ਐਜ਼ ਦਾ ਨਿਊ ਐਮ ਡੀ ਐਂਡ ਸੀਈਓ ਆਫ ਦਾ ਐਸ ਬੀ ਆਈ ਮਿਊਚੁਅਲ ਫੰਡ ਤਾਂ ਮਿਊਚੁਅਲ ਫੰਡ ਬਾਰੇ ਤੁਸੀਂ ਜਾਣਦੇ ਹੋਵੋਗੇ ਤਾਂ ਐਸ ਬੀ ਆਈ ਜੋ ਸਟੇਟ ਬੈਂਕ ਆਫ ਇੰਡੀਆ ਉਹਦੀ ਇੱਕ ਮਿਊਚੁਅਲ ਫੰਡ ਹੁੰਦਾ ਹੈ ਜੋ ਉਸ ਦੇ ਜਿਨ੍ਹਾਂ ਦੇ ਵਿੱਚ ਲੋਕ ਇਨਵੈਸਟ ਕਰਦੇ ਨੇ ਇਕੱਠੇ ਹੋ ਕੇ ਜਾਂ ਇੱਕ ਮਤਲਬ ਵਿਅਕਤੀ ਇਨਵੈਸਟ ਕਰਦਾ ਤਾਂ ਜੇਕਰ ਐਸਬੀ ਮਿਊਚੁਅਲ ਫੰਡ ਕੋਲੇ 10 ਵਿਅਕਤੀਆਂ ਦਾ ਫੰਡ ਜਾਂਦਾ ਤਾਂ ਉਹ ਗਿਵਸ ਫੰਡ ਨੂੰ ਇਕੱਠਾ ਕਰਕੇ ਕਿਤੇ ਹੋਰ ਇਨਵੈਸਟ ਕਰ ਦਿਆ ਤਾਂ ਜਿਨ੍ਹਾਂ ਨੇ ਇਨਵੈਸਟ ਕੀਤਾ ਉਹਨਾਂ ਨੂੰ ਉਹ ਰਿਟਰਨ ਦਿੰਦੇ ਰਹਿੰਦੇ ਆ ਲਗਭਗ ਰੇਟ ਆਫ ਇੰਟਰਸਟ ਦੇ ਹਿਸਾਬ ਨਾਲ ਤਾਂ ਆਪਾਂ ਗੱਲ ਕਰ ਰਹੇ ਆ ਇੱਥੇ ਵੀ ਐਮਡੀ ਕਿਹੜਾ ਅਪੁਆਇੰਟ ਕੀਤਾ ਐਸਬੀ ਮਿਊਚੁਅਲ ਫੰਡ ਦਾ ਨਵਾਂ ਤਾਂ ਉਹ ਹੈ ਜੀ ਬੇਨੇ ਟੌਂਸ ਤਾਂ ਫਸਟ ਆਪਸ਼ਨ ਕਰੈਕਟ ਆਪਸ਼ਨ ਆਈ ਤਾਂ ਇਸ ਤਰ੍ਹਾਂ ਇਸ ਵੀਡੀਓ ਦੇ ਵਿੱਚ ਅਸੀਂ ਇੰਪੋਰਟੈਂਟ ਕਰੰਟ ਅਫੇਅਰ ਕੀਤੇ ਆਈ ਤਾਂ ਇਹ ਕਰੰਟ ਅਫੇਅਰ ਬਹੁਤ ਸਾਰੇ ਗੈਦਾਨ ਦੇ ਵਿੱਚ ਪੁੱਛੇ ਜਾਂਦੇ ਨੇ ਤਾਂ ਹਰ ਐਗਜ਼ਾਮ ਦੇ ਵਿੱਚ ਤੁਹਾਡੇ ਲਈ ਹਰ ਮਾਰਕਸ ਬਹੁਤ ਹੀ ਮਤਲਬ ਮੈਨੇ ਰੱਖਦਾ ਹੈਗਾ ਤਾਂ ਇਸ ਤਰ੍ਹਾਂ ਤੁਹਾਨੂੰ ਹੋਰ ਵੀਡੀਓਜ਼ ਮਿਲ ਜਾਈਆਂ ਰਹਿਣਗੀਆਂ ਥੈਂਕਸ ਫॉर ਵਾਚਿੰਗ